ਹਲੋ ਹਸ਼ிகா ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਕਰੰਟ ਅਫੇਅਰਸ ਦਾ ਪਾਰਟ 13 ਲੈ ਕੇ ਹਾਜ਼ਰ ਹੋਏ ਹਾਂ ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਲੈਵਲ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਜਿੰਨੇ ਵੀ ਰਿਲੇਟਡ ਕਰੰਟ ਅਫੇਅਰਸ ਨੇ ਉਹ ਡਿਸਕਸ ਕਰਾਂਗੇ ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ ਇੱਕ ਵੀ ਫੈਕਟਰ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਕਰੰਟ ਅਫੇਅਰਸ ਦੇ 12 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਡਿਸਕਸ ਕੀਤੇ ਨੇ ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਤੁਸੀਂ ਜਾ ਕੇ ਅਦਰਵਾਈਜ਼ ਤੁਸੀਂ ਆਪਣੇ ਚੈਨਲ ਤੇ ਵਿਜ਼ਿਟ ਕਰੋ ਪਲੇਲਿਸਟ ਦੇ ਵਿੱਚ ਜਾਓ ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ ਜਾ ਕੇ ਦੇਖ ਸਕਦੇ ਹੋ ਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ ਅੱਜ ਦਾ ਜੋ ਆਪਣਾ ਸੈਸ਼ਨ ਹੈ ਇਸ ਸੈਸ਼ਨ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਡਿਸਕਸ ਕਰਨ ਜਾ ਰਹੇ ਹਾਂ ਤਾਂ ਸੈਸ਼ਨ ਨੂੰ ਲਾਸਟ ਤ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਰੰਟ ਅਫੇਅਰ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੀ ਪਹਿਲੀ ਸਲਾਈਡ ਦੇ ਨਾਲ ਸਭ ਤੋਂ ਪਹਿਲਾ ਜਿਹੜਾ ਫੈਕਟ ਹੈ ਦ੍ਰੋਪਦੀ ਮੁਰਮੂ ਇਨੋਗুরেਟਿਡ 7th ਇੰਟਰਨੈਸ਼ਨਲ ਧਰਮਾ ਧੰਮਾ ਕਾਨਫਰੰਸ 2023 ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿ ਦ੍ਰੋਪਦੀ ਮੁਰਮੂ ਜਿਹੜੀ ਕਿ ਆਪਣੀ ਪ੍ਰੈਜ਼ੀਡੈਂਟ ਰਾਸ਼ਟਰਪਤੀ ਹੈ ਪ੍ਰੈਜ਼ੀਡੈਂਟ ਹੈ ਠੀਕ ਹੈ ਜੀ ਸੰथाल ਕਬੀਲੇ ਦੇ ਨਾਲ ਇਹ ਸੰਬੰਧ ਰੱਖਦੀ ਹੈ ਫਰਸਟ ਟ్రਾਈਬਲ ਜਿਹੜੀ ਇਹ ਪ੍ਰੈਜ਼ੀਡੈਂਟ ਹੈ ਠੀਕ ਹੈ ਜੀ ਤੁਹਾਨੂੰ ਪੁੱਛਿਆ ਜਾਊਗਾ ਤਾਂ ਇਹ ਆਪਣੀ ਪ੍ਰੈਜ਼ੀਡੈਂਟ ਨੇ ਇਨੋਗਰੇਟ ਕੀਤੀ ਹੈ 7ਵੀਂ ਇੰਟਰਨੈਸ਼ਨਲ ਧਰਮਾ ਧੰਮਾ ਕਾਨਫਰੰਸ ਠੀਕ ਹੈ ਜੀ ਤਾਂ ਇੱਕ ਮਤਲਬ ਧਰਮ ਦੇ ਨਾਲ ਬੁੱਧ ਧਰਮ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿਉਂਕਿ ਧੰਮਾ ਜਿਹੜਾ ਹੈਗਾ ਉਹ ਬੁੱਧ ਧਰਮ ਦੇ ਨਾਲ ਰਿਲੇਟਡ ਹੈ ਤਾਂ ਇਹ ਇੱਕ ਕਾਨਫਰੰਸ ਹੈ ਜਿਹੜੀ ਉਹ ਇਹਨੇ ਇਨੋਗਰੇਟਡ ਕੀਤੀ ਆਪਣੀ ਪ੍ਰੈਜ਼ੀਡੈਂਟ ਨੇ 2023 ਦੀ ਤੇ ਤੁਹਾਨੂੰ ਪੁੱਛਿਆ ਜਾਊਗਾ ਕਿ ਕਿੱਥੇ ਇਨੋਗਰੇਟਡ ਕੀਤੀ ਐ ਜਿਹੜੀ ਧਰਮਾਂ ਧਮਾਂ ਕਾਨਫਰੰਸ ਇਹ ਹੋਈ ਐ ਤਾਂ ਇਹ ਕਿੱਥੇ ਹੋਈ ਐ ਤਾਂ ਇਹ ਹੋਈ ਆ ਭੋਪਾਲ ਮੱਧੇਪ੍ਰਦੇਸ਼ ਦੇ ਵਿੱਚ ਭੋਪਾਲ ਮੱਧੇਪ੍ਰਦੇਸ਼ ਦੇ ਵਿੱਚ ਇਹ ਜਿਹੜੀ ਕਾਨਫਰੰਸ ਇਨੋਗਰੇਟਡ ਕੀਤੀ ਗਈ ਐ ਕਿਹਦੇ ਦੁਆਰਾ ਦ੍ਰੋਪਦੀ ਮੁਰਮੂ ਠੀਕ ਹੈ ਜੀ ਦ੍ਰੋਪਦੀ ਮੁਰਮੂ ਆਪਣੇ ਪ੍ਰੈਜ਼ੀਡੈਂਟ ਹੈ ਫਰਸਟ ਆਪਣੀ ਪ੍ਰੈਜ਼ੀਡੈਂਟ ਹੈ ਫਰਸਟ ਟ్రਾਈਬਲ ਪ੍ਰੈਜ਼ੀਡੈਂਟ ਜਿਹਨੂੰ ਆਪਾਂ ਕਹਿ ਸਕਦੇ ਆ ਤਾਂ ਇਹਦੇ ਬਾਰੇ ਤੁਹਾਨੂੰ ਕੁਐਸਚਨ ਇਹ ਆਉਣ ਦੇ 99% ਚਾਂਸਸ ਤੁਹਾਡੇ ਇਹ ਬਣ ਜਾਂਦੇ ਨੇ ਠੀਕ ਹੈ ਜੀ ਤਾਂ ਸਾਰੇ ਇਹ ਜਿੰਨੇ ਵੀ ਆਪ ਵੈਕਟ ਦੇ ਵਿੱਚ ਕਰਾਂਗੇ ਤਾਂ ਸਾਰੇ ਤੁਸੀਂ ਨੋਟ ਕਰਦੇ ਜਾਇਓ ਨਾਲ ਦੀ ਨਾਲ ਅਗਲਾ ਜਿਹੜਾ ਆਪਣਾ ਫੈਕਟ ਹੈ ਵਿੱਚ ਮਿਨਿਸਟਰੀ ਗਾਟ ਪੋਟਰ ਪ੍ਰਾਈਜ਼ ਆਫ 2023 ਫਾਰ ਮੈਨੇਜਿੰਗ ਕੋਵਿਡ 19 ਤਾਂ ਜਿਹੜਾ ਆਪਣੇ ਕੋਵਿਡ 19 ਦਾ ਪੈਂਡੈਮਿਕ ਹੋਇਆ ਸੀ ਕਰੋਨਾ ਵਾਇਰਸ ਜਿਹਨੂੰ ਆਪ ਕਹਿੰਦੇ ਪੰਜਾਬੀ ਦੇ ਵਿੱਚ ਤਾਂ ਜਦੋਂ ਆਪਣੇ ਕਰੋਨਾ ਵਾਇਰਸ ਆਇਆ ਹੈ ਤਾਂ ਉਹਨੂੰ ਜਿਹੜੀ ਮਿਨਿਸਟਰੀ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਸੀ ਮਤਲਬ ਸਾਰਾ ਕੁਝ ਦੇਖ ਰੱਖ ਕੀਤੀ ਸੀ ਲੋਕਾਂ ਨੂੰ ਵਧੀਆ ਮਤਲਬ ਉਹਦੇ ਚੋ ਕੋਵਿਡ 19 ਦੇ ਜਿਹੜਾ ਕੋਵਿਡ 19 ਦੇ ਵਿੱਚੋਂ ਕੱਢਣ ਦੇ ਲਈ ਤਾਂ ਜਿਹੜੀ ਮਿਨਿਸਟਰੀ ਨੇ ਸਭ ਤੋਂ ਵੱਧ ਵਧੀਆ ਮੈਨੇਜਿੰਗ ਕੀਤੀ ਸੀ ਤਾਂ ਉਹਨੂੰ ਇੱਕ ਪ੍ਰਾਈਜ਼ ਦਿੱਤਾ ਗਿਆ ਪੋਰਟਰ ਪ੍ਰਾਈਜ਼ ਠੀਕ ਹੈ ਜੀ ਤਾਂ ਪੋਰਟਰ ਪ੍ਰਾਈਜ਼ ਆਫ 2023 2023 ਦਾ ਪੋਰਟਰ ਪ੍ਰਾਈਜ਼ ਮਿਲਿਆ ਇਹਨੂੰ ਤਾਂ ਉਹ ਕਿਹੜੀ ਮਿਨਿਸਟਰੀ ਹੈ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ ਬਣ ਜਾਂਦਾ ਹੈ ਕਿਉਂਕਿ ਸਭ ਤੋਂ ਵੱਧ ਜਿਹੜੀ ਸੇਵਾ ਨਿਭਾਈ ਹੈ ਉਹ ਨਿਭਾਈ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਇਹ ਜਿਹੜੀ ਮਿਨਿਸਟਰੀ ਹੈ ਇਹਨੇ ਸਭ ਤੋਂ ਵੱਧ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੈ ਕੋਵਿਡ 19 ਦੇ ਪੈਂਡੈਮਿਕ ਨੂੰ ਠੀਕ ਹੈ ਜੀ ਤਾਂ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਠੀਕ ਹੈ ਜੀ ਤਾਂ ਇਹ ਜਿਹੜੀ ਮਿਨਿਸਟਰੀ ਨੂੰ ਪੋਟਰ ਪ੍ਰਾਈਜ਼ ਮਿਲਿਆ 2023 ਦਾ ਇਹ ਤੁਹਾਨੂੰ ਪੁੱਛਿਆ ਜਾਊ ਬਹੁਤ ਇੰਪੋਰਟੈਂਟ ਫੈਕਟ ਹੈ ਤੁਹਾਡੇ ਲਈ ਬਣ ਜਾਂਦਾ ਹੈ ਅਗਲਾ ਜਿਹੜਾ ਆਪਣਾ ਫੈਕਟ ਹੈ ਹੂ ਲਾਂਚਡ ਜਲ ਸ਼ਕਤੀ ਅਭਿਆਨ ਇੱਕ ਪਾਣੀ ਨੂੰ ਬਚਾਉਣ ਦੇ ਲਈ ਇੱਕ ਮੁਹਿੰਮ ਚੱਲੀ ਹੈ ਉਹ ਮੁਹਿੰਮ ਦਾ ਨਾਮ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕੈਚ ਦੀ ਰੇਨ ਕੈਚ ਦੀ ਰੇਨ 2023 ਦਾ ਇਹ ਤਾਂ ਕਿੱਥੇ ਚੱਲੀ ਹੈ ਇਹ ਨਵੀਂ ਦਿੱਲੀ ਦੇ ਵਿੱਚ ਨਿਊ ਡੈਲੀ ਦੇ ਵਿੱਚ ਚੱਲੀ ਹੈ ਇਹ ਤਾਂ ਇਹਨੂੰ ਇਨੋਗਰੇਟਡ ਇਹਨੂੰ ਸਟਾਰਟ ਕਿਹਨੇ ਕੀਤਾ ਤਾਂ ਉਹ ਕੀਤੇ ਦ੍ਰੋਪਦੀ ਮੁਰਮੂ ਜਿਹੜੀ ਆਪਣੀ ਰਾਸ਼ਟਰਪਤੀ ਹੈ ਫਰਸਟ ਟ్రਾਈਬਲ ਪ੍ਰੈਜ਼ੀਡੈਂਟ ਠੀਕ ਹੈ ਜੀ ਤਾਂ ਜਿਹੜੀ ਆਪਣੀ ਪ੍ਰੈਜ਼ੀਡੈਂਟ ਹੈ ਦ੍ਰੋਪਦੀ ਮੁਰਮੂ ਇਹਨੇ ਇਹਨੂੰ ਇਨੋਗਰੇਟਡ ਕੀਤਾ ਹੈ ਪਾਣੀ ਨੂੰ ਬਚਾਉਣ ਦੇ ਲਈ ਜਲ ਸ਼ਕਤੀ ਅਭਿਆਨ ਇਹ ਤੁਹਾਨੂੰ ਕੁਐਸਚਨ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਜਲ ਸ਼ਕਤੀ ਅਭਿਆਨ ਨਵੀਂ ਦਿੱਲੀ ਦੇ ਵਿੱਚ ਚਲਾਇਆ ਗਿਆ ਉਹ ਜਲ ਸ਼ਕਤੀ ਅਭਿਆਨ ਦਾ ਨਾਮ ਦੱਸੋ ਕੀ ਹੈ ਤਾਂ ਉਹਦਾ ਨਾਮ ਹੈ ਕੈਚ ਦੀ ਰੇਨ 2023 ਠੀਕ ਹੈ ਜੀ ਤਾਂ ਇਹ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਜਿਹੜਾ ਇਹ ਕੁਐਸਚਨ ਤੁਹਾਨੂੰ ਪੁੱਛ ਸਕਦੇ ਆ ਤਾਂ ਇਹਦੇ ਵਿੱਚ ਤੁਹਾਡੇ ਇੱਕ ਨਹੀਂ ਤਿੰਨ ਤੋਂ ਚਾਰ ਕੁਐਸਚਨ ਤੁਹਾਡੇ ਕਵਰ ਹੁੰਦੇ ਨੇ ਠੀਕ ਹੈ ਜੀ ਤੁਹਾਨੂੰ ਜਗ੍ਹਾ ਵੀ ਪੁੱਛ ਸਕਦੇ ਕਿ ਕਿੱਥੇ ਇਹ ਜਿਹੜਾ ਅਭਿਆਨ ਹੈ ਇਹ ਕਿੱਥੇ ਚਲਾਇਆ ਗਿਆ ਹੈ ਤੇ ਇਹਨੂੰ ਇਨੋਗਰੇਟਡ ਕਿਨੇ ਕੀਤਾ ਤਾਂ ਦਰਪਦੀ ਮੁਰਮੂ ਨੇ ਠੀਕ ਹੈ ਜੀ ਤਾਂ ਤਾਂ ਕਰਕੇ ਇਹ ਜਿਹੜਾ ਆਪਣਾ ਜਲ ਸ਼ਕਤੀ ਅਭਿਆਨ ਬਹੁਤ ਇੰਪੋਰਟੈਂਟ ਹੋ ਜਾਂਦਾ ਅਗਲਾ ਜਿਹੜਾ ਆਪਣਾ ਫੈਕਟ ਹੈ ਆਥਰ ਆਫ ਦੀ ਬੁੱਕ ਇੰਡੀਆਜ਼ ਵੈਕਸੀਨ ਗ੍ਰੋਥ ਸਟੋਰੀ ਇੱਕ ਬੁੱਕ ਲਾਂਚ ਹੋਈ ਹੈ ਇੰਡੀਆਜ਼ ਵੈਕਸੀਨ ਗ੍ਰੋਥ ਸਟੋਰੀ ਠੀਕ ਹੈ ਜੀ ਇਹ ਵੀ ਕੋਵਿਡ 19 ਦੇ ਨਾਲ ਸੰਬੰਧਿਤ ਬੁੱਕ ਹੈ ਤਾਂ ਇਹਦਾ ਜਿਹੜਾ ਆਥਰ ਹੈ ਜਿਹਨੇ ਇਹਨੂੰ ਲਿਖਿਆ ਹੈ ਤਾਂ ਉਹ ਕਿਹਨੇ ਲਿਖਿਆ ਸੱਜਣ ਸਿੰਘ ਯਾਦਵ ਨੇ ਲਿਖਿਆ ਇਹਨੂੰ ਤੇ ਰਿਲੀਜ਼ ਇਹਨੂੰ ਕਿਹਨੇ ਕੀਤਾ ਆਪਣੇ ਜਿਹੜੇ ਡਾਕਟਰ ਮਨਸੁਖ ਮੰਡਵਿਆ ਜਿਹੜੇ ਆਪਣੇ ਹੈਲਥ ਮਿਨਿਸਟਰ ਨੇ ਤਾਂ ਇਹਨਾਂ ਨੇ ਇਹਨੂੰ ਰਿਲੀਜ਼ ਕੀਤਾ ਹੈਗਾ ਡਾਕਟਰ ਮਨਸੁਖ ਮੰਡਵਿਆ ਨੇ ਤਾਂ ਸੱਜਨ ਸਿੰਘ ਯਾਦਵ ਦੀ ਇਹ ਬੁੱਕ ਹੈ ਇੰਡੀਆਜ਼ ਵੈਕਸੀਨ ਗ੍ਰੋਥ ਸਟੋਰੀ ਤਾਂ ਇਹ ਤੁਹਾਨੂੰ ਪੁੱਛੀ ਜਾ ਸਕਦੀ ਹੈ ਬਹੁਤ ਇੰਪੋਰਟੈਂਟ ਹੈ ਜਿੰਨੀਆਂ ਵੀ ਬੁੱਕਸ ਨੇ ਜਾਂ ਜੋ ਵੀ ਕੋਈ ਅਭਿਆਨ ਨਵਾਂ ਚੱਲਦਾ ਜਿਵੇਂ ਕਿ ਜਲ ਸ਼ਕਤੀ ਭਿਆਨ ਹੈ ਤਾਂ ਇਹਦੇ ਵਿੱਚੋਂ ਕੁਐਸਚਨ ਬਣਨ ਦੇ ਪੂਰੇ ਪੂਰੇ ਚਾਂਸਸ ਤੁਹਾਡੇ ਬਣ ਜਾਂਦੇ ਨੇ ਇੱਕ ਤਾਂ ਇਹ ਆਪਣੇ ਰਾਸ਼ਟਰਪਤੀ ਦੇ ਨਾਲ ਰਿਲੇਟਡ ਹੈ ਦ੍ਰੋਪਦੀ ਮੁਰਮੂ ਦੇ ਨਾਲ ਤਾਂ ਕਰਕੇ ਹੈ ਠੀਕ ਹੈ ਜੀ ਤਾਂ ਇਹ ਆਪਣੇ ਹੈਲਥ ਮਨਿਸਟਰ ਡਾਕਟਰ ਮਨਸੂਖ ਮਾਂਡਵੀਆ ਦੇ ਨਾਲ ਰਿਲੇਟਡ ਹੈ ਤੇ ਬੁੱਕ ਦਾ ਨਾਮ ਵੀ ਬਹੁਤ ਮਤਲਬ ਇੱਕ ਫੇਮਸ ਹੈ ਇੰਡੀਆਜ਼ ਵੈਕਸੀਨ ਗ੍ਰੋਥ ਸਟੋਰੀ ਠੀਕ ਹੈ ਜੀ ਤਾਂ ਇਹ ਬਹੁਤ ਇੰਪੋਰਟੈਂਟ ਫੈਕਟਰ ਤੁਹਾਡੇ ਲਈ ਬਣ ਜਾਂਦਾ ਅਗਲਾ ਜਿਹੜਾ ਆਪਣਾ ਫੈਕਟ ਹੈ ਵਿੱਚ ਬੈਂਕ ਸਾਈਨਡ ਦੀ 1 ਬਿਲੀਅਨ ਡਾਲਰ ਫੋਰ ਹੈਲਥ ਫਾਰ ਹੈਲਥ ਸੈਕਟਰ ਦਾ ਸਿਹਤ ਸਬੰਧੀ ਜੋ ਵੀ ਸਹੂਲਤਾਂ ਦੇਣੀਆਂ ਆ ਉਹਦੇ ਲਈ 1 ਬਿਲੀਅਨ ਡਾਲਰ ਤੇ ਸਾਈਨ ਕੀਤੇ ਨੇ ਕਿਹੜੀ ਬੈਂਕ ਨੇ ਕੀਤੇ ਨੇ ਵਰਲਡ ਬੈਂਕ ਨੇ ਠੀਕ ਹੈ ਜੀ ਤਾਂ ਵਰਲਡ ਬੈਂਕ ਬਾਰੇ ਆਪਾਂ ਹੋਰ ਵੀ ਫੈਕਟ ਜਿਹੜੇ ਆਪਣੇ ਪ੍ਰੀਵੀਅਸ ਸੈਸ਼ਨ ਜਿੰਨੇ ਵੀ ਹੋਏ ਨੇ ਉਹ ਅਟੈਂਡ ਕਰਕੇ ਆਏ ਹੋ ਕਰੰਟ ਅਫੇਅਰਸ ਦੇ ਤਾਂ ਵਰਲਡ ਬੈਂਕ ਦੇ ਨਾਲ ਆਪਾਂ ਜਿੰਨੇ ਵੀ ਫੈਕਟ ਆ ਉਹ ਕਲੀਅਰ ਕੀਤੇ ਹੋਏ ਨੇ ਜਿਵੇਂ ਕਿ ਇਹਦੇ ਜਿਹੜੇ ਨਿਊ ਪ੍ਰੈਜ਼ੀਡੈਂਟ ਚੁਣੇ ਗਏ ਨੇ ਹਾਲ ਹੀ ਮਤਲਬ 2-3 ਦਿਨ ਹੀ ਹੋਏ ਨੇ ਤਾਂ ਉਹ ਆਪਣੇ ਜਿਹੜੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਉਹ ਚੁਣੇ ਗਏ ਨੇ ਅਜੇ ਬੰਗਾ ਅਜੇਪਾਲ ਬੰਗਾ ਜਿਹੜੇ ਆਪਣੇ ਫਰਸਟ ਇੰਡੀਅਨ ਪ੍ਰੈਜ਼ੀਡੈਂਟ ਜਿਹੜੇ ਆਪਾਂ ਕਹਿ ਸਕਦੇ ਹਾਂ ਵਰਲਡ ਬੈਂਕ ਦੇ ਤਾਂ ਡੇਵਿਡ ਮਾਲਪਾਸ ਯੂ ਐਸ ਏ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਅਜੇ ਬੰਗਾ ਨੂੰ ਵਰਲਡ ਬੈਂਕ ਦਾ ਨਵਾਂ ਪ੍ਰੈਜ਼ੀਡੈਂਟ ਚੁਣਿਆਗਾ ਵਰਲਡ ਬੈਂਕ ਦਾ ਜਿਹੜਾ ਹੈੱਡਕੁਆਟਰ ਹੈ ਉਹ ਕਿੱਥੇ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ ਇਹਦਾ ਜਿਹੜਾ ਇਹਦੀ ਸਥਾਪਨਾ ਹੋਈ ਹੈ ਉਹ ਹੋਈਆ 1944 ਦੇ ਵਿੱਚ ਠੀਕ ਹੈ ਜੀ ਇਹ ਵੀ ਤੁਹਾਨੂੰ ਪੁੱਛਿਆ ਜਾਊਗਾ ਤਾਂ ਵਰਲਡ ਬੈਂਕ ਦੇ ਨਾਲ ਆਪਾਂ ਜਿੰਨੇ ਵੀ ਰਿਲੇਟਡ ਨੇ ਉਹ ਪ੍ਰੀਵੀਅਸ ਸੈਸ਼ਨਸ ਦੇ ਵਿੱਚ ਆਪਾਂ ਕਰਕੇ ਆਏ ਆ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਆਪਣਾ ਪ੍ਰੀਵੀਅਸ ਦੋ ਤਿੰਨ ਦਿਨ ਪਹਿਲਾਂ ਆਪਣਾ ਸੈਕਸ਼ਨ ਸੈਸ਼ਨ ਅਪਲੋਡ ਹੋਇਆ ਉਹਦੇ ਵਿੱਚ ਆਪਾਂ ਅਜੇਵੰਗਾ ਬਾਰੇ ਵੀ ਪੜਿਆ ਤੇ ਵਰਡ ਬੈਂਕ ਬਾਰੇ ਵੀ ਪੜਿਆ ਠੀਕ ਹੈ ਜੀ ਤਾਂ ਸਾਰੇ ਸੈਸ਼ਨ ਆਪਣੇ ਤੁਸੀਂ ਬੈਕ ਟੂ ਬੈਕ ਅਟੈਂਡ ਕਰਕੇ ਆ ਜਾਓ ਅਗਲਾ ਜਿਹੜਾ ਆਪਣਾ ਫੈਕਟ ਹੈ 23rd ਕਾਮਨਵੈਲਥ ਲਾ ਕਾਨਫਰੰਸ ਹੈਲਡ ਇਨ ਤਾਂ 23ਵੀਂ ਮਤਲਬ ਇੱਕ ਕਾਮਨਵੈਲਥ ਕਾਨੂੰਨ ਦੇ ਨਾਲ ਸੰਬੰਧਿਤ ਜਿਹੜੀ ਕਾਨਫਰੰਸ ਹੋਈ ਹੈ ਤਾਂ ਇਹ ਕਿੱਥੇ ਹੋਈ ਹੈ ਤੁਹਾਨੂੰ ਪੁੱਛਿਆ ਜਾਊਗਾ ਇਹ ਹੋਈ ਹੈ ਗੋਆ ਦੇ ਵਿੱਚ ਠੀਕ ਹੈ ਜੀ ਗੋਆ ਦੇ ਵਿੱਚ ਇੱਕ ਤੇ ਹੀ ਮੀ ਜਿਹੜੀ ਆਪਣੀ ਕਾਮਨਵੈਲਥ ਲਾ ਕਾਨਫਰੰਸ ਇਨੋਗਰੇਟਡ ਕੀਤੀ ਗਈ ਹੈ ਕਿੱਥੇ ਕੀਤੀ ਗਈ ਹੈ ਗੋਆ ਦੇ ਵਿੱਚ ਇਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਜਿੰਨੇ ਵੀ ਆਪਣੇ ਕਰੰਟ ਅਫੇਅਰ ਨੇ 1 ਬਾਈ 1 ਤੁਸੀਂ ਨੋਟ ਕਰਦੇ ਜਾਓ ਕਾਪੀ ਪੈਨ ਆਪਣਾ ਨਾਲ ਰੱਖੋ ਤੇ ਨੋਟਸ ਆਪਣੇ ਖੁਦ ਬਣਾਓ ਇਹਨੂੰ ਰਿਵਾਈਜ਼ ਕਰੋ ਵਾਰ-ਵਾਰ ਤਾਂ ਤੁਹਾਡੇ ਇਹ ਯਾਦ ਹੋਣਗੇ ਵਧੀਆ ਤਰੀਕੇ ਨਾਲ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖੋ ਅਗਲਾ ਜਿਹੜਾ ਆਪਣਾ ਫੈਕਟ ਹੈ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲ ਥਾਨੀ ਸ਼ੇਖ ਮੁਹੰਮਦ ਬਿਨ ਅਬਦੁਲ ਰਹਿਮਾਨ ਅਲਥਾਨੀ ਬਹੁਤ ਵੱਡਾ ਨੇਮ ਹੈ ਠੀਕ ਹੈ ਜੀ ਤਾਂ ਇਹ ਇੱਕ ਨਵੇਂ ਪ੍ਰਾਈਮ ਮਿਨਿਸਟਰ ਬਣੇ ਨੇ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਫੈਕਟਰ ਤੁਹਾਡੇ ਲਈ ਬਣ ਜਾਂਦਾ 2023 ਦਾ ਤਾਂ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲਥਾਨੀ ਇਹ ਨਵੇਂ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਚੁਣੇ ਗਏ ਨੇ ਕਿਹੜੇ ਦੇਸ਼ ਦੇ ਨੇ ਤਾਂ ਇਹ ਨੇ ਕਤਰ ਦੇ ਠੀਕ ਹੈ ਜੀ ਤਾਂ ਕਤਰ ਦੇ ਪ੍ਰਧਾਨ ਮੰਤਰੀ ਇਹ ਚੁਣੇ ਗਏ ਨੇ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਫੈਕਟਰ ਤੁਹਾਡੇ ਲਈ ਇਹ ਬਣ ਜਾਂਦਾ 2023 ਦੀ ਇਹ ਗੱਲ ਹੈ ਠੀਕ ਹੈ ਜੀ ਸ਼ੇਖ ਮੁਹੰਮਦ ਬਿਨ ਅਬਦੁੱਲ ਰਹਿਮਾਨ ਅਲ ਥਾਨੀ ਤਾਂ ਇਹਦਾ ਨਾਮ ਵੀ ਤੁਸੀਂ ਯਾਦ ਰੱਖਣਾ ਤਾਂ ਇਹ ਤਾਂ ਤੁਹਾਨੂੰ ਨਾਮ ਤੋਂ ਤੁਹਾਨੂੰ ਪਤਾ ਲੱਗੀ ਜਾਨਾ ਕਿਉਂਕਿ ਸਭ ਤੋਂ ਵੱਡਾ ਨੇਮ ਹੈ ਇਹ ਤਾਂ ਕਤਰ ਦੇ ਇਹ ਪ੍ਰਧਾਨ ਮੰਤਰੀ ਜਿਹੜੇ ਰੀਸੈਂਟਲੀ ਚੁਣੇ ਗਏ ਅਗਲਾ ਜਿਹੜਾ ਆਪਣਾ ਫੈਕਟ ਹੈ ਐਕਸਰਸਾਈਜ਼ ਲਾ ਪੈਰੋਸ ਠੀਕ ਹੈ ਜੀ ਲਾ ਪੈਰੋਸ ਇੱਕ ਐਕਸਰਸਾਈਜ਼ ਹੋ ਰਹੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਮਿਲਟਰੀ ਐਕਸਰਸਾਈਜ਼ ਠੀਕ ਹੈ ਜੀ ਤਾਂ ਨੇਵੀ ਐਕਸਰਸਾਈਜ਼ ਹੈ ਵੈਸੇ ਇਹ ਠੀਕ ਹੈ ਜੀ ਮਿਲਟਰੀ ਨਹੀਂ ਹੈਗੀ ਇਹ ਨੇਵੀ ਐਕਸਰਸਾਈਜ਼ ਹੈ ਲਾ ਪੈਰੋਸ ਕਿਉਂਕਿ ਇਹ ਓਸ਼ੀਅਨ ਦੇ ਵਿੱਚ ਕੀਤੀ ਜਾ ਰਹੀ ਹੈ ਇੰਡੀਅਨ ਓਸ਼ੀਅਨ ਦੇ ਵਿੱਚ ਠੀਕ ਹੈ ਜੀ ਤਾਂ ਇੰਡੀਅਨ ਓਸ਼ੀਅਨ ਦੇ ਵਿੱਚ ਇਹ ਜਿਹੜੀ ਐਕਸਰਸਾਈਜ਼ ਹੋ ਰਹੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਦੇਸ਼ ਭਾਗ ਲੈ ਰਹੇ ਨੇ ਫਰਾਂਸ ਯੂਐਸਏ ਇੰਡੀਆ ਆਸਟ੍ਰੇਲੀਆ ਤੇ ਜਾਪਾਨ ਠੀਕ ਹੈ ਜੀ ਤਾਂ ਫਰਾਂਸ ਯੂਐਸਏ ਇੰਡੀਆ ਆਸਟ੍ਰੇਲੀਆ ਤੇ ਜਾਪਾਨ ਇਨਾ ਸਾਰਿਆਂ ਦੀ ਇਹ ਜੁਆਇੰਟ ਐਕਸਰਸਾਈਜ਼ ਹੈ ਲਾ ਪੈਰੋਸ ਠੀਕ ਹੈ ਜੀ ਇਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਕਿਹੜੇ ਓਸ਼ੀਅਨ ਦੇ ਵਿੱਚ ਹੋ ਰਹੀ ਹੈ ਇਹ ਵੀ ਪੁੱਛਿਆ ਜਾਊਗਾ ਤਾਂ ਇਹ ਇੰਡੀਅਨ ਓਸ਼ੀਅਨ ਦੇ ਵਿੱਚ ਇਹ ਐਕਸਰਸਾਈਜ਼ ਚੱਲ ਰਹੀ ਹੈ ਠੀਕ ਹੈ ਜੀ ਤਾਂ ਇਹ ਐਕਸਰਸਾਈਜ਼ ਵੀ ਮਿਲਟਰੀ ਐਕਸਰਸਾਈਜ਼ ਜਿੰਨੀਆਂ ਹੁੰਦੀਆਂ ਇਹ ਤੁਹਾਨੂੰ ਪੁੱਛੀਆਂ ਜਾਣੀਆਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦੀਆਂ ਅਗਲਾ ਜਿਹੜਾ ਆਪਣਾ ਫੈਕਟ ਹੈ ਵਿੱਚ ਸਿਟੀ ਕਾਲਡ ਬੈਗਰ ਫਰੀ ਸਿਟੀ ਭਿਖਾਰੀ ਮੁਕਤ ਸ਼ਹਿਰ ਹੈ ਮਤਲਬ ਬਣ ਗਿਆ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਹ ਭਿਖਾਰੀ ਮੁਕਤ ਹੈ ਮਤਲਬ ਇੱਕ ਵੀ ਭਿਖਾਰੀ ਇੱਥੇ ਤੁਹਾਨੂੰ ਨਹੀਂ ਮਿਲੂਗਾ ਤਾਂ ਉਹ ਕਿਹੜਾ ਸ਼ਹਿਰ ਹੈ ਉਹ ਆਪਣਾ ਨਾਗਪੁਰ ਮਹਾਰਾਸ਼ਟਰ ਦਾ ਵਿੱਚ ਨਾਗਪੁਰ ਮਹਾਰਾਸ਼ਟਰ ਦਾ ਦੇ ਵਿੱਚ ਜਿਹੜਾ ਨਾਗਪੁਰ ਸ਼ਹਿਰ ਹੈ ਮਹਾਰਾਸ਼ਟਰ ਦਾ ਤਾਂ ਇਹਨੂੰ ਬੈਗਰ ਫਰੀ ਸਿਟੀ ਘੋਸ਼ਿਤ ਕਰ ਦਿੱਤਾ ਗਿਆ ਠੀਕ ਹੈ ਜੀ ਇਹ ਡਿਕਲੇਅਰ ਕਰਤਾ ਕਿ ਜਿਹੜਾ ਨਾਗਪੁਰ ਹੈ ਮਹਾਰਾਸ਼ਟਰ ਦਾ ਇਹ ਇੱਕ ਬੈਗਰ ਫਰੀ ਸਿਟੀ ਹੈ ਠੀਕ ਹੈ ਜੀ ਤਾਂ ਮਤਲਬ ਇੱਥੇ ਕੋਈ ਵੀ ਭਿਖਾਰੀ ਤੁਹਾਨੂੰ ਨਹੀਂ ਮਿਲੂਗਾ ਅਗਲਾ ਜਿਹੜਾ ਆਪਣਾ ਫੈਕਟ ਹੈ ਨਿਊ ਮੈਨੇਜਿੰਗ ਡਾਇਰੈਕਟਰ ਆਫ LIC LIC ਦੇ ਨਵੇਂ MD ਮਤਲਬ ਚੁਣੇ ਗਏ ਨੇ ਤਾਂ ਉਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਉਹ ਦੋ ਬੰਦੇ ਨੇਗੇ ਐਮ ਜਗਨਨਾਥ ਤੇ ਤਬਲੇਸ਼ ਪਾਂਡੇ ਠੀਕ ਹੈ ਜੀ ਐਮ ਜਗਨਨਾਥ ਤੇ ਤਬਲੇਸ਼ ਪਾਂਡੇ ਇਹ LIC ਦੇ ਮਤਲਬ ਜਿਹੜੀ ਆਪਣੀ ਇੰਸ਼ੋਰੈਂਸ ਕੰਪਨੀ ਆ ਲਾਈਫ ਇੰਸ਼ੋਰੈਂਸ ਕੰਪਨੀ ਤਾਂ ਨਿਊ ਮੈਨੇਜਿੰਗ ਡਾਇਰੈਕਟਰ ਜਿਵੇਂ ਆਪਾਂ MD ਕਹਿ ਦਿੰਨੇ ਆ ਤਾਂ ਉਹ ਚੁਣੇ ਗਏ ਨੇ ਤਾਂ ਐਮ ਜਗਨਨਾਥ ਤੇ ਤਬਲੇਸ਼ ਪੰਡ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਫੈਕਟ ਤੁਹਾਡੇ ਲਈ ਇਹ ਬਣ ਜਾਂਦਾ ਹੈ ਤਾਂ ਜਿੰਨੇ ਵੀ ਆਪਣੇ ਫੈਕਟ ਨੇ ਇਹ ਤੁਸੀਂ ਸਾਰੇ ਨੋਟ ਕਰਦੇ ਜਾਓ ਅਗਲਾ ਜਿਹੜਾ ਆਪਣਾ ਫੈਕਟ ਹੈ ਪੀਐਮ ਮੋਦੀ ਐਡਰੈਸ ਦੀ 1 ਵਰਲਡ ਟੀਵੀ ਸਮਿਟ ਟੀਵੀ ਮਤਲਬ ਜਿਹੜੀ ਆਪਣੀ ਟੀਵੀ ਬਿਮਾਰੀ ਹੈ ਤਾਂ ਇਹਦੇ ਨਾਲ ਰਿਲੇਟਡ ਇੱਕ ਸਮਿਟ ਹੋਇਆਗਾ ਵਰਲਡ ਟੀਵੀ ਸਮਿਟ ਤਾਂ ਇਹ ਕਿੱਥੇ ਇਹਨਾਂ ਨੇ ਮਤਲਬ ਇਨੋਗਰੇਟਡ ਕੀਤਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਇਹ ਕੀਤਾ ਵਾਰਾਨਸੀ ਦੇ ਵਿੱਚ ਠੀਕ ਹੈ ਜੀ ਵਾਰਾਨਸੀ ਦੇ ਵਿੱਚ ਜਿਹੜਾ ਹੈ ਟੀਵੀ ਦੇ ਨਾਲ ਸੰਬੰਧਿਤ ਜਿਹੜਾ ਸਮਿਟ ਹੋਇਆ ਹੈਗਾ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਇਹਨੂੰ ਐਡਰੈਸ ਕੀਤਾ ਹੈਗਾ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਕਿੱਥੇ ਮਤਲਬ ਕੀਤਾ ਗਿਆ ਹੈ ਵਾਰਾਨਸੀ ਦੇ ਵਿੱਚ ਤਾਂ ਕਿਹਨੇ ਕੀਤਾ ਇਹ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤਾਂ ਨਰਿੰਦਰ ਮੋਦੀ ਨੇ ਤਾਂ ਇਹਦੇ ਵਿੱਚੋਂ ਕਈ ਸਵਾਲ ਬਣ ਜਾਂਦੇ ਨੇ ਇੱਕ ਸਵਾਲ ਦੇ ਵਿੱਚ ਉਹ ਤੁਹਾਨੂੰ ਕਿਵੇਂ ਵੀ ਪੁੱਛ ਸਕਦਾ ਤਾਂ ਪੂਰੇ ਅਲਰਟ ਹੋ ਕੇ ਪੂਰੇ ਤਰੀਕੇ ਨਾਲ ਇਹਨੂੰ ਯਾਦ ਕਰਨਾ ਠੀਕ ਹੈ ਜੀ ਅਗਲਾ ਜਿਹੜਾ ਆਪਣਾ ਫੈਕਟ ਹੈ ਨੈਸ਼ਨਲ ਵੈਕਸੀਨ ਡੇ ਜਿਹੜਾ ਮਨਾਇਆ ਜਾਂਦਾ ਹੈ ਉਹ ਮਨਾਇਆ ਜਾਂਦਾ 16 ਮਾਰਚ ਨੂੰ ਇਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਨੈਸ਼ਨਲ ਜਿਹੜਾ ਵੈਕਸੀਨ ਡੇ ਹੈ 16 ਮਾਰਚ ਨੂੰ ਉਹ ਆਪਾਂ ਮਨਾਉਨੇ ਅਗਲਾ ਜਿਹੜਾ ਆਪਣਾ ਫੈਕਟ ਹੈ ਵਰਲਡ ਵਾਟਰ ਡੇ ਵਿਸ਼ਵ ਪਾਣੀ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਵਿਸ਼ਵ ਜਲ ਦਿਵਸ ਪਾਣੀ ਨਹੀਂ ਵਿਸ਼ਵ ਜਲ ਦਿਵਸ ਠੀਕ ਹੈ ਜੀ ਤਾਂ 22 ਮਾਰਚ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਮਨਾਇਆ ਜਾਂਦਾ ਹੈ ਵਿਸ਼ਵ ਜਲ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਪਾਣੀ ਦੇ ਨਾਲ ਸੰਬੰਧਿਤ ਠੀਕ ਹੈ ਜੀ ਤਾਂ ਇਹ ਆਪਾਂ ਮਨਾਉਨੇ ਆ ਥੀਮ ਆਫ ਜਿਹੜਾ ਆਪਣਾ 2023 ਦੇ ਵਿੱਚ ਜਿਹੜਾ ਮਨਾਇਆ ਗਿਆ ਵਰਲਡ ਵਾਟਰ ਡੇ 2023 ਦਾ ਤਾਂ ਇਹ ਇਹਦਾ ਜਿਹੜਾ ਥੀਮ ਹੈ ਥੀਮ ਕਿਉਂਕਿ ਹਰ ਇੱਕ ਚੀਜ਼ ਦਾ ਜਿਹੜਾ ਤੁਹਾਨੂੰ ਕੋਈ ਵੀ ਆਪਣੇ ਆਪਾਂ ਡੇ ਮਨਾਉਨੇ ਆ ਤਾਂ ਉਹਦਾ ਇੱਕ ਥੀਮ ਹੁੰਦਾ ਤਾਂ ਥੀਮ ਤੁਸੀਂ ਜ਼ਰੂਰ ਯਾਦ ਰੱਖਿਓ ਥੀਮ ਬਹੁਤ ਪੁੱਛਦੇ ਨੇ ਪੇਪਰਾਂ ਦੇ ਵਿੱਚ ਵਾਰ-ਵਾਰ ਥੀਮ ਹੀ ਤੁਹਾਨੂੰ ਪੁੱਛਿਆ ਜਾਂਦਾ ਤਾਂ ਇਹ ਤੁਸੀਂ ਚੰਗੀ ਤਰੀਕੇ ਨਾਲ ਯਾਦ ਕਰ ਲਓ ਤਾਂ ਜਿਹੜਾ ਆਪਣਾ 22 ਮਾਰਚ ਨੂੰ ਵਾਟਰ ਡੇ ਮਨਾਇਆ ਗਿਆ ਸੀ ਇਹਦਾ ਥੀਮ ਕੀ ਹੈ ਐਕਸਲਰੇਟਿੰਗ ਚੇਂਜ ਠੀਕ ਹੈ ਜੀ ਐਕਸਲਰੇਟਿੰਗ ਚੇਂਜ ਇਹਦਾ ਥੀਮ ਹੈਗਾ ਤੁਹਾਨੂੰ ਪੁੱਛਿਆ ਜਾਊਗਾ ਥੀਮ ਵਾਰ-ਵਾਰ ਪੁੱਛਿਆ ਜਾਂਦਾ ਠੀਕ ਹੈ ਜੀ ਐਕਸਲਰੇਟਿੰਗ ਚੇਂਜ ਅਗਲਾ ਜਿਹੜਾ ਆਪਣਾ ਫੈਕਟ ਹੈ ਹੂ ਬੀਕਮ ਦੀ ਫਰਸਟ ਫੀਮੇਲ ਟੂ ਆਪਰੇਟ ਦੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤਾਂ ਪਹਿਲੀ ਫੀਮੇਲ ਇੱਕ ਬਣੀ ਹੈ ਜਿਨੇ ਟ੍ਰੇਨ ਨੂੰ ਮਤਲਬ ਆਪਰੇਟ ਕੀਤਾ ਯਾਨੀ ਕਿ ਚਲਾਇਆ ਠੀਕ ਹੈ ਜੀ ਤਾਂ ਪਹਿਲੀ ਔਰਤ ਬਣੀ ਹੈ ਚਲਾਉਣ ਵਾਲੀ ਕਿਹੜੀ ਟ੍ਰੇਨ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਕਿ ਬਹੁਤ ਫੇਮਸ ਟ੍ਰੇਨ ਆਪਣੇ ਇੰਡੀਆ ਦੀ ਬੰਦੇ ਭਾਰਤ ਐਕਸਪ੍ਰੈਸ ਇਹਨੂੰ ਚਲਾਉਣ ਵਾਲੀ ਪਹਿਲੀ ਮਹਿਲਾਗੀ ਤਾਂ ਉਹ ਤੁਸੀਂ ਉਹਦਾ ਯਾਦ ਰੱਖਣਾ ਕਿ ਉਹ ਕਿਹਨੇ ਚਲਾਈ ਆ ਸੁਰੇਖਾ ਯਾਦਵ ਠੀਕ ਹੈ ਜੀ ਸੁਰੇਖਾ ਯਾਦਵ ਇੱਕ ਪਹਿਲੀ ਮਹਿਲਾ ਬਣ ਗਈ ਜਿਹੜੀ ਕਿ ਬੰਦੇ ਭਾਰਤ ਐਕਸਪ੍ਰੈਸ ਨੂੰ ਚਲਾਉਣ ਵਾਲੀ ਜਿਹਨੂੰ ਆਪਾਂ ਕਹਿ ਸਕਦੇ ਆ ਤਾਂ ਬੰਦੇ ਭਾਰਤ ਐਕਸਪ੍ਰੈਸ ਚ ਚਲਾਉਣ ਵਾਲੀ ਪਹਿਲੀ ਮਹਿਲਾ ਜਿਹੜੀ ਬਣੀ ਹੈ ਉਹ ਬਣੀ ਹੈ ਸੁਰੇਖਾ ਯਾਦਵ ਠੀਕ ਹੈ ਜੀ ਇਹ ਤੁਹਾਨੂੰ ਪੁੱਛਿਆ ਜਾਊਗਾ ਕਿਉਂਕਿ ਬੰਦੇ ਭਾਰਤ ਜਿਹੜੀ ਟ੍ਰੇਨ ਹੈ ਇਹ ਬਹੁਤ ਫੇਮਸ ਟ ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਫੈਕਟ ਹੈ ਵਿਚ ਟੀਮ ਵਨ ਦੀ ਔਮਨ ਪ੍ਰੀਮੀਅਰ ਲੀਗ 2023 ਤਾਂ 2023 ਦੀ ਜਿਹੜੀ ਔਰਤਾਂ ਦੀ ਪ੍ਰੀਮੀਅਰ ਲੀਗ ਹੋਈ ਹੈ ক্রিকেট ਦੇ ਵਿੱਚ ਤਾਂ ਉਹਦੇ ਵਿੱਚ ਕੌਣ ਜਿੱਤਿਆ ਤਾਂ ਉਹ ਜਿੱਤਿਆ ਮੁੰਬਈ ਇੰਡੀਅਨਸ ਠੀਕ ਹੈ ਜੀ ਮੁੰਬਈ ਇੰਡੀਅਨਸ ਤਾਂ ਇਹਨੂੰ ਹੋਸਟ ਕਿ ਨਹੀਂ ਕੀਤਾ ਇੰਡੀਆ ਨੇ ਇਹਨੂੰ ਹੋਸਟ ਕੀਤਾ ਜਿਹੜੀ ਇਹ ਪ੍ਰੀਮੀਅਰ ਲੀਗ ਹੋਈ ਹੈ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਤਾਂ ਜਿੱਤਿਆ ਕੌਣ ਹੈ ਇਹਦੇ ਵਿੱਚ ਤਾਂ ਇਹ ਜਿੱਤੇ ਆਪਣੇ ਮੁੰਬਈ ਇੰਡੀਅਨਸ ਠੀਕ ਹੈ ਜੀ ਵੂਮਨਸ ਦੀ ਹੈ ਇਹ ਪ੍ਰੀਮੀਅਰ ਲੀਗ ਤੁਹਾਨੂੰ ਪੁੱਛੀ ਜਾਊਗੀ ਤਾਂ ਬਹੁਤ ਇੰਪੋਰਟੈਂਟ ਤੁਹਾਡੇ ਲਈ ਬਣ ਜਾਂਦੀ ਹੈ ਤਾਂ ਅੱਜ ਦੇ ਜਿੰਨੇ ਵੀ ਫੈਕਟ ਹੈ ਤੁਸੀਂ ਸਾਰੇ ਨੋਟ ਕਰ ਲਿਓ ਕਾਪੀ ਦੇ ਉੱਤੇ ਤਾਂ ਨੋਟਸ ਆਪਣੇ ਖੁਦ ਬਣਾਉਂਦੇ ਰਹੋ ਜੇਕਰ ਵੀਡੀਓ ਚੰਗੇ ਲੱਗਦੇ ਨੇ ਉਹ ਲਾਈਕ ਕਰਦਿਆ ਕਰੋਗੇ ਸ਼ੇਅਰ ਕਰਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ ਠੀਕ ਹੈ ਜੀ ਤਾਂ ਕਰੰਟ ਅਫੇਅਰ ਹੈ ਜਿਹੜੇ ਆਪਣੇ ਬੈਕ ਟੂ ਬੈਕ ਆਉਂਦੇ ਰਹਿਣਗੇ ਤੇ ਤੁਸੀਂ ਨੋਟ ਕਰਦੇ ਜਾਇਓ ਪ੍ਰੀਵੀਅਸ 6 ਮਨਥ ਦੇ ਇਹਦੇ ਵਿੱਚ ਆਪਾਂ ਕਵਰ ਕਰ ਰਹੇ ਹਾਂ ਤੇ ਆਉਣ ਵਾਲੇ ਜਿੰਨੇ ਵੀ ਅਪਕਮਿੰਗ ਕਰੰਟ ਅਫੇਅਰਸ ਨੇ ਉਹ ਵੀ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਕਵਰ ਕਰ ਰਹੇ ਹਾਂ ਠੀਕ ਹੈ ਜੀ ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਬਣ ਜਾਂਦਾ ਤਾਂ ਇੱਕ ਇੱਕ ਕਰੰਟ ਅਫੇਅਰ ਠੀਕ ਹੈ ਜੀ ਤਾਂ ਆਉਣ ਵਾਲੇ ਜਿੰਨੇ ਵੀ ਪੇਪਰ ਨੇ ਬੇਸ਼ੱਕ ਉਹ ਇੰਡੀਆ ਲੈਵਲ ਦੇ ਹੋਣ ਬੇਸ਼ੱਕ ਉਹ ਪੰਜਾਬ ਲੈਵਲ ਦੇ ਹੋਣ ਤੇ ਸਾਰੇ ਪੇਪਰਾਂ ਦੇ ਲਈ ਬਹੁਤ ਇੰਪੋਰਟੈਂਟ ਕਰੰਟ ਅਫੇਅਰ ਨੇ ਇਹ ਨਹੀਂ ਕਿ ਕੋਈ ਇੱਕ ਪੇਪਰ ਦੇ ਲਈ ਹੀ ਇੰਪੋਰਟੈਂਟ ਨੇ ਤਾਂ ਸਾਰੇ ਪੇਪਰਾਂ ਦੇ ਵਿੱਚ ਇਹ ਕਾਮਨਲੀ ਤੁਹਾਨੂੰ ਪੁੱਛੇ ਜਾਣਗੇ ਤਾਂ ਜੇਕਰ ਵੀਡੀਓ ਚੰਗੇ ਲੱਗਦੇ ਨੇ ਲਾਈਕ ਜਰੂਰ ਕਰਿਆ ਕਰੋ ਲਾਈਕ ਕਰਨ ਦੇ ਨਾਲ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਠੀਕ ਹੈ ਜੀ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦਿਆ ਕਰੋ ਕਿ ਕੀ ਚੀਜ਼ ਤੁਹਾਨੂੰ ਸਮਝ ਆ ਰਹੀ ਹੈ ਜਾਂ ਕੁਝ ਤੁਹਾਨੂੰ ਸਮਝ ਨਹੀਂ ਆ ਰਿਹਾ ਤਾਂ ਉਹ ਆਪਾਂ ਉਹਦੇ ਵਿੱਚ ਸੋਧ ਕਰ ਦੇਵਾਂਗੇ ਠੀਕ ਹੈ ਜੀ ਤਾਂ ਚੈਨਲ ਦੇ ਨਾਲ ਆਪਣੇ ਨਾਲ ਜੁੜੇ ਰਹੋ ਤੇ ਮਾਸਟਰ ਕੀਟਰ ਦਾ ਜਿਹੜਾ ਆਪਣਾ ਸੈਸ਼ਨ ਹੈ ਉਹ ਵੀ ਚੱਲ ਰਿਹਾ ਹੈ ਸੋਮਵਾਰ ਤੇ ਬੁੱਧਵਾਰ ਦੁਪਹਿਰੇ 2 ਵਜੇ ਤੇ ਕਰੰਟ ਅਫੇਅਰ ਆਪਣੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 9 ਵਜੇ ਜਿਹੜੀ ਇੱਕ ਕਲਾਸ ਅਪਲੋਡ ਹੁੰਦੀ ਹੈ ਇਹ ਵੀ ਤੁਸੀਂ ਦੇਖਿਓ ਤੇ ਸ਼ੁੱਕਰਵਾਰ ਨੂੰ ਆਪਣੀ ਜਿਹੜੀ ਕਲਾਸ ਅਪਲੋਣੀ ਅਪਲੋਡ ਹੋਣੀ ਹੈ 2 ਵਜੇ ਤਾਂ ਉਹ ਹੋਣੀ ਹੈ ਆਪਣੀ ਲੂਸ਼ੰਡ ਜੀਕੇ ਦੀ ਠੀਕ ਹੈ ਜੀ ਉਹ ਵੀ ਤੁਸੀਂ ਜਰੂਰ اٹੈਂਡ ਕਰਿਓ ਤੁਹਾਨੂੰ ਬਹੁਤ ਫਾਇਦਾ ਦੇਊ ਆਉਣ ਵਾਲੇ ਪੇਪਰਾਂ ਦੇ ਵਿੱਚ ਸਟੈਟਿਕ ਜੀਕੇ ਦੇ ਲਈ ਠੀਕ ਹੈ ਜੀ ਤਾਂ ਅੱਜ ਦੀ ਵੀਡੀਓ ਦਾ ਪੈਥੀ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ